ਕੁਝ ਵੱਖਰੀ ਨਿਸ਼ਾਨੀ ਕਹਿੰਦੇ ਹੁੰਦੀ ਹੈ ਜਵਾਨੀ ਦੀ, ਮੌਜ ਤੇ ਬਹਾਰਾਂ ਵਿੱਚ ਰਹਿੰਦੀ ਹੈ ਜਵਾਨੀ ਜੀ, ਖੁਸ਼ੀਆਂ 'ਚ ਰੰਗੇ ਰਹਿਣਾ, ਹਰ ਵੇਲੇ ਪੰਗੇ ਲੈਣਾ, ਹਰ ਵੇਲੇ ਰਹਿੰਦੀ ਹੈ ਲੋਰ ਹੈ ਜਵਾਨੀ ਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਿੰਦਰ ਪਰਮ ਤੇ ਲੈ ਕੇ ਹਾਜ਼ਰ ਹੋਇਆ ਤੁਹਾਡੇ ਵੇੜੇ ਇੱਕ ਨਵਾਂ ਤੇ ਨਵੇਕਲਾ ਜਿਹਾ ਸ਼ੋਅ ਜਿਹਦਾ ਨਾਮ ਹੈ ਜੀ ਮਸਤੀ ਕੈਂਪਸ ਦੇ, ਜਿਹਦੇ ਵਿੱਚ ਆਪਾਂ ਕਰਾਂਗੇ ਜਵਾਨੀ ਦਾ ਸਫ਼ਰ ਤੇ ਨਿੱਘੀਆਂ ਮਿੱਠੀਆਂ ਯਾਦਾਂ ਬਚਪਨ ਦੀਆਂ। ਜੀ ਹਾਂ, ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਪੰਜਾਬ ਦੇ ਇਤਿਹਾਸਿਕ ਸ਼ਹਿਰ ਫਿਰੋਜ਼ਪੁਰ ਦੇ ਵਿੱਚ, ਤੇ ਕਾਲਜ ਦਾ ਨਾਮ ਹੈ ਜੀ ਦੇਵ ਸਮਾਜ ਕਾਲਜ ਫਾਰ ਵੁਮੈਨ। ਤੇ ਕਿਉਂ ਨਾ ਆਪਾਂ ਕਰੀਏ ਮਸਤੀ, ਜੀ ਹਾਂ ਮਸਤੀ ਕੈਂਪਸ ਦੀ। ਹਵਾਵਾਂ ਉੱਡਦੇ ਜਾਈਏ, ਵਿੱਚ ਅਸਮਾਨੀ ਪੀਂਘਾਂ ਪਾਈਏ, ਖੁਸ਼ੀਆਂ ਖੇੜੇ, ਰੌਣਕ ਮੇਲਾ, ਨਾਲ ਸੁਰਾਂ ਦੇ ਸਾਜ਼ ਮਿਲਾਈਏ। ਸੋ ਸਾਡਾ ਅੱਜ ਦਾ ਕਾਲਜ ਯਾਨੀ ਕਿ ਦੇਵ ਸਮਾਜ ਕਾਲਜ ਫਾਰ ਵੁਮੈਨ ਫਿਰੋਜ਼ਪੁਰ ਸਿਟੀ ਦੇ ਵੱਖੋ ਵੱਖ ਰੰਗ ਤਿਆਰ ਨੇ ਜੀ। ਆਓ ਲਈਏ ਜੀ ਰੰਗਾਂ ਦੇ ਨਜ਼ਾਰੇ। ਸਾਡਾ ਰੰਗ ਹੋਰ ਵੇ ਜੀ ਉਹ ਹੈ ਫੋਕ ਔਰਕੈਸਟਰਾ ਦਾ। ਸੋ ਆਪਾਂ ਪੁੱਛਦੇ ਨਾ ਕੁੜੀਆਂ ਕੋਲੋਂ ਜੀ, ਇਹਨਾਂ ਨੂੰ ਕਿੰਨਾ ਕੁ ਪਤਾ ਫੋਕ ਕਲਚਰ ਦੇ ਬਾਰੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਕੀ ਹੈ? ਇਹ ਸਰ ਇਹ ਨਗਾੜਾ ਆ, ਤੇ ਜੁੱਧ ਦੇ ਸ਼ੁਰੂਆਤ ਤੋਂ ਤਾਂ ਲੈ ਕੇ ਜਦੋਂ ਜਿੱਤ ਹੁੰਦੀ ਉਦੋਂ ਇਹਨੂੰ ਵਜਾਇਆ ਜਾਂਦਾ। ਵਾਹ ਵਾਹ ਵਾਹ, ਕੀ ਬਾਤ ਹੈ ਜੀ। ਮਤਲਬ ਹੁਣ ਆਪਾਂ ਜਿੱਤੇ ਆ ਕਿ ਆਪਾਂ ਸ਼ੁੱਧ ਕਰਨ ਲੱਗੇ ਆ? ਜਿੱਤੇ ਆ ਜੀ। ਅੱਛਾ, ਫਿਰ ਠੀਕ ਹੈ, ਇੱਕ ਵਾਰੀ ਜਿੱਤ ਦੀ ਖੁਸ਼ੀ ਬਜਾ ਦਿਓ ਜੀ, ਇੱਕ ਵਾਰੀ ਦੇਖੀ ਜਾਊਗੀ। ਵੈਰੀ ਗੁੱਡ। ਵੈਰੀ ਗੁੱਡ। ਓਕੇ, ਤੁਹਾਡੇ ਕੋਲ ਕੀ ਹੈ ਜੀ? ਕਾਟੋ। ਕਾਟੋ ਫੁੱਲਾਂ ਤੇ? ਨਹੀਂ। ਇਹ ਕਦੋਂ ਵਜਾਈ ਜਾਂਦੀ ਜੀ ਕਾਟੋ? ਖੁਸ਼ੀ ਦੇ ਮੌਕੇ ਤੇ। ਖੁਸ਼ੀ ਜਦੋਂ ਆਪਾਂ ਗਿੱਧਾ ਭੰਗੜਾ ਪਾਉਣਾ ਹੋਵੇ ਜੀ, ਵਜਾ ਕੇ ਦਿਖਾਓ ਇੱਕ ਵਾਰੀ ਕਾਟੋ ਜੀ। ਵੈਰੀ ਗੁੱਡ। ਹਾਂਜੀ, ਤੁਹਾਡੇ ਕੋਲ ਕੀ ਹੈ ਜੀ? ਬੁਗਚੂ। ਵਜਾ ਕੇ ਤਾਂ ਦਿਖਾਓ ਮੜ ਜਾ। ਵੈਰੀ ਨਾਈਸ। ਇਹ ਕੀ ਹੈ ਜੀ? ਇਹ ਸਰ ਅਲਗੋਜ਼ੇ। ਅਲਗੋਜ਼ੇ ਕਦੋਂ ਕੰਮ ਆਉਂਦੇ ਆ? ਇਹ ਸੁਰ ਸਾਜ਼ ਹੈ, ਤੇ ਇਹ ਸੁਰ ਕੱਢਣ ਲਈ, ਮਤਲਬ ਕਿ ਕੋਈ ਵੀ ਸੁਰ ਦੇਣ ਲਈ, ਮਤਲਬ ਲੋਕ ਸੰਗੀਤ ਤੇ ਸੁਰ ਦੇਣ ਲਈ ਵਰਤੇ ਆ। ਵਾਹ ਜੀ ਵਾਹ, ਵੈਰੀ ਨਾਈਸ। ਕੀ ਬਾਤ ਹੈ ਜੀ। ਤੇ ਲੋਕ ਕਥਾਵਾਂ ਨਾਲ ਵੀ ਯੂਜ਼ ਹੁੰਦੇ ਆ। ਅੱਛਾ ਜੀ, ਵੈਰੀ ਨਾਈਸ। ਦੇਖੋ ਜੀ, ਇਹ ਵੀ ਇੱਕ ਡਿਫਰੈਂਟ ਤਰ੍ਹਾਂ ਦੇ ਸਾਜ਼ ਹੈ ਜੀ, ਔਰ ਕਿੰਨੀ ਔਖੀ ਗੱਲ ਹੈ ਕਿ ਪਹਿਲੀ ਵਾਰ ਮੈਂ ਦੇਖਿਆ ਜੀ ਕੁੜੀ ਅਲਗੋਜ਼ੇ ਵਜਾਉਂਦੀ ਹੋਈ ਜੀ। ਕੀ ਬਾਤ ਹੈ ਜੀ। ਹਾਂਜੀ, ਤੁਸੀਂ ਕੀ ਘੜੇ ਲੈ ਕੇ ਬੈਠੇ ਹੋ? ਪਾਣੀ ਭਰਿਆ ਚ? ਨਹੀਂ, ਪਾਣੀ ਨਹੀਂ ਭਰਿਆ। ਤੇ ਇਹ ਫਿਰ ਕੀ ਕਰਾਂਗੇ ਆਪਾਂ ਉਹਨਾਂ ਨੂੰ? ਇਹਨਾਂ ਨੂੰ ਫੋਕ ਆਰਕੈਸਟਰਾ ਦੇ ਵਿੱਚ ਵਜਾਇਆ ਜਾਂਦਾ ਹੈ। ਓਕੇ, ਵਜਾ ਕੇ ਦਿਖਾਓ। ਬਸ ਹਾਂ, ਵੈਰੀ ਨਾਈਸ, ਵੈਰੀ ਨਾਈਸ, ਵੈਰੀ ਨਾਈਸ। ਤੁਸੀਂ ਕੀ ਵਜਾ ਰਹੇ ਹੋ ਜੀ? ਸਰੰਗੀ। ਸਰੰਗੀ? ਸਰੰਗੀ ਫੋਕ ਸਾਜ਼ ਹੈ ਪੰਜਾਬੀਆਂ ਦਾ, ਪੰਜਾਬ ਦਾ।
ਇਹ ਇਹ ਕਦੋਂ ਯੂਜ਼ ਹੁੰਦੀ ਹੈ ਜੀ ਸਰੰਗੀ? ਇਹ ਮਤਲਬ ਸੌਂਗਸ ਦੇ ਵਿੱਚ ਵੀ ਯੂਜ਼ ਕੀਤੀ ਜਾਂਦੀ ਹੈ। ਜੀ ਜੀ, ਇੱਕ ਸਵਰ ਵਾਦ ਹੈ ਇਹਨੂੰ ਕਿਹਾ ਜਾਂਦਾ ਕਿ ਇਹਦੇ ਸਾਰਾ ਸਵਰ ਸੁਰ ਸਾਰੇ ਕੱਢੇ ਜਾ ਸਕਦੇ ਆ। ਕਿਉਂ ਨਾ ਜੀ ਇਹਨਾਂ ਨੂੰ ਪੁੱਛਦੇ ਵੀ ਆਪਾਂ ਨੂੰ ਵਜਾ ਕੇ ਦਿਖਾਉਣ। ਆਓ ਜੀ ਪਲੀਜ਼ ਥੋੜਾ ਵਜਾ ਕੇ ਦਿਖਾਓ ਸਾਨੂੰ। ਸਾਡੇ ਇਸ ਕੈਂਪਸ ਦੀ ਮਸਤੀ ਇਸੇ ਤਰ੍ਹਾਂ ਚੱਲਦੀ ਰਹੀ ਜੀ ਕਿ ਫਿਰ ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪਰ ਤੁਸੀਂ ਕਿਤੇ ਨਹੀਂ ਜਾਣਾ ਜੀ, ਤੁਸੀਂ ਵੇਖਦੇ ਰਹੋ ਗੱਟ ਪੰਜਾਬੀ ਮਸਤੀ ਕੈਂਪਸ ਦੀ। ਤੁਸੀਂ ਮੈਨੂੰ ਕਿਹਾ ਸੀ ਸੈੱਟ ਉੱਪਰ ਲੈਣਾ, ਤੁਸੀਂ ਸੈੱਟ ਥੱਲੇ ਲਾਇਆ ਹੋਇਆ, ਹੁਣ ਮੈਂ ਥੱਲੇ ਆਵਾਂ? ਓਕੇ ਵੇਟ ਕਰੋ, ਮੈਂ ਆਇਆ। ਓਹੋ, ਮੇਰੀ ਤਾਂ ਵੇਟ ਕਰ ਲੈਂਦੇ ਕਰ ਛੱਤਰੀ ਦੀ ਛਾਂ ਛਾਵੇਂ ਬੰਨੀਆ। ਵੈਲਕਮ ਯੂ ਆਲ ਆਫ ਦਿਸ ਸ਼ਾਰਟ ਬ੍ਰੇਕ ਐਂਡ ਯੂ ਵਾਚਿੰਗ ਯੋਰ ਫੇਵਰਿਟ ਸ਼ੋ ਮਸਤੀ ਕੈਂਪਸ ਦੀ। ਹਾਂਜੀ, ਜਿਵੇਂ ਆਪਾਂ ਜਾਣਦੇ ਕਿ ਅਸੀਂ ਹੈਗੇ ਹਾਂ ਜੀ ਦੇਵ ਸਮਾਜ ਕਾਲਜ ਫੋਰ ਵੁਮੈਨ ਫਿਰੋਜ਼ਪੁਰ ਸ਼ਹਿਰ ਦੇ ਵਿੱਚ, ਅਤੇ ਨਵਾਂ ਸਾਲ ਚੜ੍ਹਨ ਵਾਲਾ ਹੀ ਹੈ ਜੀ। ਕਿਉਂ ਨਾ ਆਪਾਂ ਪੁੱਛੀਏ ਜੀ ਕੁੜੀਆਂ ਨੂੰ ਇਹਨਾਂ ਦਾ ਕੀ ਰੈਜ਼ੋਲਿਊਸ਼ਨ ਹੈ ਜੀ? ਹਾਂਜੀ ਕੁੜੀਓ, ਅੱਛਾ ਆਪਾਂ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਕੀ ਸੋਚਿਆ 2013 'ਚ ਆਪਾਂ ਕੀ ਕਰਨਾ, ਗਿੱਧਾ ਨਹੀਂ ਪਾਉਣਾ ਸਾਰਾ ਸਾਲ? ਕੀ ਸੋਚਿਆ? ਬੜੀ ਚੰਗੀ ਸੋਚ ਜੀ, 2012 ਚ ਲੈਕਚਰ ਲਾਇਆ, 13 ਚ ਪੱਕਾ ਲਾਉਣਾ। ਕੁੜੀਓ ਸਾਰੇ ਲਾਇਓ ਬਾਈ। ਹਾਂਜੀ ਤੁਸੀਂ? ਮੈਂ ਤਾਂ ਬਸ ਕਲਾਸਿਸ ਲੇਟ ਸਟਾਰਟ ਕਰਨੀਆਂ, ਹੋਰ ਕੁਛ ਨਹੀਂ, ਘਰੇ ਜਾ ਕੇ ਆਉਣਾ ਪਹਿਲਾਂ। ਹਾਂਜੀ ਬੀਬਾ ਜੀ, ਤੁਸੀਂ ਕੀ ਸੋਚਿਆ? ਮੈਂ ਸੋਚਿਆ ਕਿ ਮੈਂ ਆਪਣੇ ਬੀਸੀਏ ਦੇ ਫਾਈਨਲ ਦੇ ਕੇ ਅੱਛੇ ਨੰਬਰ ਲੈ ਕੇ ਸਭ ਨੇ ਮਾਂ ਬਾਪ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹਾਂ। ਅੱਛਾ ਅੱਛਾ, ਤੁਸੀਂ ਕੀ ਸੋਚਿਆ ਜੀ? ਇੱਧਰ ਕੁਛ ਸੋਚਿਆ ਹੀ ਨਹੀਂ ਜੀ। ਉਹ ਕਹਿੰਦਾ ਜਿੱਦਾਂ ਦਾ ਪਹਿਲਾਂ ਲੰਘ ਗਿਆ ਉਦਾਂ ਦਾ ਹੁਣ ਲੰਘ ਜੂ। ਆਹ ਕੁੜੀ ਬੜਾ ਰੌਲਾ ਪਾਉਂਦੀ ਹੈ। ਹਾਂਜੀ ਕੀ ਸੋਚਿਆ 2013 'ਚ ਕੀ ਕਰਨਾ?
ਅਸੀਂ ਸੋਚਿਆ ਵੀ ਆਪਣੀ ਅਸੀਂ ਸਪੋਰਟਸ ਵਾਲੇ ਹੈਗੇ ਆ, ਅਸੀਂ ਸੋਚਦੇ ਆ ਸਾਡੀ ਗੇਮ ਇਦਾਂ ਹੀ ਚਲਦੀ ਰਹੇ ਤੇ ਅੱਗੇ ਵੀ ਚਲਦੀ ਰਹੇ। ਉਹ ਜਲਦੀ ਤਰ੍ਹਾਂ ਕੁਝ ਲੈ ਕੇ ਵੀ ਆਉਣਾ, ਗੋਲਡ ਮੈਡਲ ਕੋਈ ਕੁਝ। ਅੱਛਾ ਆਪਾਂ ਕੀ ਸੋਚਿਆ, ਬੜਾ ਜ਼ੋਰ ਲਾਇਆ ਗੋਲਡ ਤੇ? ਜਿਹੜੀਆਂ ਖੜੀਆਂ ਉੱਪਰ ਸਾਰੀਆਂ ਸਜ਼ਾ ਮਿਲੀ ਕੋਈ ਉਹਨਾਂ ਨੂੰ? ਬੇਟਾ ਥੱਲੇ ਆਓ, ਸਾਰੇ ਵੇਵ ਕਰੋ ਬਈ। ਚਲੋ ਆਪਾਂ ਗੱਲ ਕਰ ਰਹੇ ਸੀ 2013 ਦੀ। ਅੱਗੇ 13 ਚ ਵੀ ਕਰਦੀ ਰਹਾਂਗੀ, ਨਾਲ ਪੜ੍ਹਾਈ ਵੀ ਕਰਾਂਗੀ ਤਾਂ ਕਿ ਅੱਛੇ ਨੰਬਰ ਲੈ ਕੇ ਕਾਲਜ ਦਾ ਹੋਰ ਨਾਮ ਉੱਚਾ ਕਰਾਂ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ। ਸੋ ਜਿਵੇਂ ਤੁਸੀਂ ਦੇਖ ਰਹੇ ਹੋ, ਚੱਲ ਰਹੀ ਹੈ ਖੂਬ ਸਾਰੀ ਮਸਤੀ ਦੇਵ ਸਮਾਜ ਕਾਲਜ ਫਾਰ ਵੁਮਨ ਫਿਰੋਜ਼ਪੁਰ ਸ਼ਹਿਰ ਦੀ, ਤੇ ਦੇਖਦੇ ਜੀ ਕੁੜੀਆਂ ਦੀ ਕੀ ਕੋਈ ਤਿਆਰੀ ਤੁਰੀ ਵੀ ਹੈਗੀ ਹੈ। ਉਹ ਗਾ ਗੂ ਵੀ ਲੈਂਦੇ ਮਾੜੀ ਮੋਟੀ ਕੇ ਚੱਕ ਦੇਣਾ ਫੱਟੇ। ਕੀ ਨਾਂ ਕੀ ਆਪਣਾ? ਆਪਣਾ ਨਾਂ ਜੀ ਸਰਬਜੀਤ ਕੌਰ। ਆਪਣੇ ਸਾਰੇ ਨੂੰ ਪੁੱਛਿਆ ਆਪਣਾ ਨਾਮ ਫਿਰ ਸਾਡਾ ਸਾਰੇ। ਅੱਛਾ ਸੁਣਾਓ ਫੇ ਕੁਛ। ਕੀ ਸੁਣਾਈਏ? ਕੁਛ ਵੀ ਸੁਣਾ ਲਓ, ਕੁਛ ਵੀ ਤਾਂ ਹੁੰਦਾ ਨਹੀਂ। ਗਾਣਾ ਤੋਂ ਇਲਾਵਾ? ਗਾਣਾ ਕਿ ਗਾਣਾ? ਗਾਣਾ ਗਾਣਾ ਸੁਣਾਓ ਜੀ। ਜਦ ਕੋਈ ਨਾਰ ਯਾਰ ਨਾਲ ਬੇਵਫਾਈਆਂ ਕਰਦੀ ਏ, ਉਹਦੇ ਵੱਲ ਵੇਖ ਕੇ ਤੇਰਾ ਚੇਤਾ ਆ ਜਾਂਦਾ। ਇਹ ਸੋਹਣੀਆਂ ਨਾਰਾਂ ਚੜ ਕੋਠੀਆਂ ਕਰਾਂ, ਆਦਤ ਤੋਂ ਮਜਬੂਰ ਯਾਰੋ, ਜੇ ਹੈ ਨੀ ਪੈਸਾ ਤੂੰ ਯਾਰ ਹੈ ਕੈਸਾ, ਭੱਜ ਭੱਜ ਜਾਂਦੀਆਂ ਦੂਰ ਯਾਰੋ। ਜਦ ਕੋਈ ਪਿਆਰ ਜਦਾ ਛੱਡ ਗੇਰਾ ਦਾ ਦਮ ਭਰਦੀ ਐ, ਉਹਦੇ ਵੱਲ ਵੇਖ ਕੇ ਮੇਰਾ ਦਿਲ ਗੁਰਲਾ ਜਾਂਦਾ। ਵਾਹ ਬਈ ਵਾਹ। ਯਾਰ ਯਾਰ ਨਾਲ ਬੇਵਫਾਈਆਂ ਕਰਦੀ ਐ, ਉਹਦੇ ਵੱਲ ਵੇਖ ਕੇ ਤੇਰਾ ਚੇਤਾ ਆ ਜਾਂਦਾ। ਕੀ ਬਾਤ ਹੈ ਜੀ, ਤਾੜੀਆਂ। ਹਾਂਜੀ, ਕੁਛ ਆਪਣੀ ਵੀ ਤਿਆਰੀ ਲੱਗਦੀ ਹੈ ਮਾੜੀ ਮੋਟੀ ਜੀ। ਕੀ ਸੁਣਾਉਣ ਲੱਗੇ ਹੋ? ਹੁਣ ਮੁੱਕੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੇ ਚੱਜਦਾ ਨਾ। ਹੁਣ ਮੁੱਕੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੇ ਚੱਜਦਾ ਨਾ। ਨਿੱਤ ਆਸ਼ਕ ਬਦਲੇ ਤੂੰ ਨੀ ਏ ਤਾਂ ਫੇਰ ਵੀ ਰੱਜਦਾ ਨਾ। ਸੋਹਣੇ ਮੁੱਕੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੇ ਚੱਜਦਾ ਨਾ। ਨਿੱਤ ਕਹਿੰਦੀ ਹੁੰਦੀ ਸੀ ਨੀ ਸਭ ਤੋੜੂਗੀ ਰਸਮਾਂ, ਕਿੱਥੇ ਗਏ ਵਾਦੇ ਕਿੱਥੇ ਗਈਆਂ। ਵਾਹ ਜੀ ਵਾਹ, ਤਾੜੀਆਂ ਜੀ। ਝੋਨਾ ਵੱਢ ਕੇ ਕਣਕ ਬੀਜਣੀ, ਬਾਪੂ ਹੋਇਆ ਬਿਮਾਰ ਨੀ ਚੰਡੀਗੜ੍ਹ ਵਾਲੀਏ, ਝੋਨਾ ਢੇਰੀ ਕੀਤਾ ਨੇ ਹੁਣ ਤੱਕ ਖੇਤ ਦਾ ਕੰਮ ਜ ਸਾਰਾ ਨਾਲ ਕੱਲੇ ਹੀ ਕੀਤਾ ਮੈਂ। ਇੱਕ ਤਾਂ ਤੇਰਾ ਯਾਰ ਸਤਾਵੇ, ਦੂਜੀ ਏ ਸਰਕਾਰ ਨੀ ਚੰਡੀਗੜ੍ਹ ਵਾਲੀਏ, ਮਿਸਕਾਣਾ ਮਾਰਨੀ ਚੰਡੀਗੜ੍ਹ ਵਾਲੀਏ, ਹੁਣ ਨਹੀਂ ਮੁੜਦੇ ਯਾਰ ਨੀ ਚੰਡੀਗੜ੍ਹ ਵਾਲੀਏ। ਥੈਂਕ ਯੂ। ਵੈਰੀ ਨਾਈਸ। ਦੇਖੋ ਜੀ, ਚੰਡੀਗੜ੍ਹ ਵਾਲੀ ਤੇ ਤਾਂ ਗਾਣਾ ਬਣਾਉਂਦਾ, ਚੰਡੀਗੜ੍ਹ ਵਾਲੇ ਤੇ ਤਾਂ ਕੋਈ ਗਾਣਾ ਹੀ ਨਹੀਂ ਬਣਾਇਆ। ਅੱਛਾ ਵੇ ਚੰਡੀਗੜ੍ਹ ਵਾਲਿਆ, ਹੁਣ ਨਹੀਂ ਮੁੜਦੀ ਨਾ ਚੰਡੀਗੜ੍ਹ ਵਾਲਿਆ, ਮਿਸ ਕਾਲ ਨਾ ਮਾਰ ਵੇ ਚੰਡੀਗੜ੍ਹ ਵਾਲਿਆ, ਹੁਣ ਨਹੀਂ ਮੁੜਦੀ ਨਾ। ਕੀ ਬਾਤ ਹੈ ਜੀ, ਵੈਰੀ ਨਾਈਸ। ਹਾਂਜੀ, ਕੀ ਨਾਂ ਤੁਹਾਡਾ? ਮੇਰਾ ਨਾਂ ਜੀ ਬਲਜੀਤ ਆ ਜੀ, ਵੈਸੇ ਕਾਲਜ ਮੈਨੂੰ ਗ੍ਰੀਨੀ ਕਹਿੰਦੇ ਸਾਰੇ। ਗ੍ਰੀਨੀ ਹਰੀ? ਉਹ ਕਿਉਂ? ਕਿਉਂਕਿ ਗ੍ਰੀਨ ਕੱਪੜੇ ਬਹੁਤ ਜ਼ਿਆਦਾ ਪਾਉਂਦੀ ਹੈ। ਅੱਜ ਤਾਂ ਨਹੀਂ ਪਾ ਕੇ ਆਈ? ਅੱਜ ਫਿਰ ਵੈਸੇ ਤੁਹਾਡੇ ਕਰਕੇ ਉਦਾਸ ਲੱਗ ਰਹੀ ਹੈ। ਜੋ ਨਾ ਮੇਰੇ ਘਰ ਗ੍ਰੀਨ ਪਾ ਕੇ ਆਈ, ਤੁਹਾਡਾ ਸ਼ੋਅ ਹੋਣਾ ਸੀ ਨਾ ਤਾਂ ਕਰਕੇ ਫਿਰ ਥੋੜੀ। ਅੱਛਾ, ਨਹੀਂ ਉਦਾਸ ਹੀ ਲੱਗਦੀ ਹੈ ਅੱਜ ਗ੍ਰੀਨੀ ਕੁਛ। ਕੀ ਗੱਲ ਹੋ ਗਈ? ਬੜਾ ਮਾੜਾ ਹਾਲ ਹੈ, ਬੜਾ ਮਾੜਾ ਹਾਲ ਹੈ। ਓਕੇ, ਕੁਛ ਸੁਣਾਓ ਗ੍ਰੀਨੀ ਫਿਰ। ਜ਼ਰੂਰ ਜੀ। ਪਾ ਕੇ ਲਹਿੰਗਾ ਸ਼ੀਸ਼ਿਆਂ ਵਾਲਾ, ਫਰੋਜ਼ਪੁਰ ਪੱਟ ਸੁੱਟਿਆ ਤੂੰ ਸਾਰਾ, ਹਾਂ ਮੁੰਡਾ ਮਰ ਜ
ਜਲੰਧਰ ਵਾਲਾ ਮੁੰਡਾ ਮਰਜੂ ਜਲੰਧਰ ਵਾਲਾ ਤੇ ਜਾ ਚੱਕੇ ਨੀ ਕੁੜੀਏ ਸੱਪੀ ਅੱਖ ਦੇ ਉੱਤੇ ਦਿਲ ਕਾਲਾ ਕਰਦਾ ਵਾਕੇ ਨੀ ਕੁੜੀਏ ਸੱਪੀ ਅੱਖ ਦੇ ਉੱਤੇ ਦਿਲ ਕਾਲਾ ਕਰਦਾ ਵਾਕੇ ਨੀ ਕੁੜੀਏ ਚੱਲਦਾ ਰਹੇਗਾ ਜੀ ਖੁਸ਼ੀਆਂ ਭਰਿਆ ਖੇੜਿਆਂ ਭਰਿਆ ਨਿੱਘਾ ਜਿਹਾ ਮਿੱਠਾ ਜਿਹਾ ਪਿਆਰਾ ਜਿਹਾ ਸਫ਼ਰ ਸਾਡੇ ਅੱਜ ਦੇ ਕਾਲਜ ਯਾਨੀ ਕਿ ਦੇਵ ਸਮਾਜ ਕਾਲਜ ਫੋਰ ਵੁਮੈਨ ਫਿਰੋਜ਼ਪੁਰ ਸ਼ਹਿਰ ਦਾ ਸਫ਼ਰ ਪਰ ਲੈਣੇ ਇੱਕ ਛੋਟਾ ਜਿਹਾ ਬ੍ਰੇਕ ਮਿਲਦੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਸੀਂ ਵੇਖਦੇ ਰਹੋ ਵੈਲਕਮ ਯੂ ਆਲ ਆਊਟ ਦਿਸ ਸ਼ਾਰਟ ਬ੍ਰੇਕ ਐਂਡ ਯੂ ਵਾਚਿੰਗ ਯੋਰ ਫੇਵਰਿਟ ਸ਼ੋਅ ਮਸਤੀ ਕੈਂਪਸ ਦੀ ਅੱਜ ਅਸੀਂ ਕਹਿੰਦੇ ਜੀ ਦੇਵ ਸਮਾਜ ਕਾਲਜ ਫੋਰ ਵੁਮੈਨ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਜੋ ਕਿ ਜਾਣਿਆ ਜਾਂਦਾ ਆਪਣੇ ਕਲਚਰਲ ਐਕਟੀਵਿਟੀਜ਼ ਦੇ ਨਾਲ ਆਪਾਂ ਦੇਖਦੇ ਹਾਂ ਜੀ ਸਾਡੀ ਅੱਜ ਦੀਆਂ ਕੁੜੀਆਂ ਕੀ ਪਰਫਾਰਮ ਕਰਨ ਲੱਗੀਆਂ ਪੁੱਛਦੇ ਹਾਂ ਜੀ ਹਾਂਜੀ ਆਪਣਾ ਬਹੁਤ ਅੱਗ ਲਾਈ ਸਿਰ ਨੂੰ ਇਹ ਕੀ ਮਤਲਬ ਹੈ ਇਹ ਡਾਂਸ ਕਿਹੜਾ ਹੋਇਆ ਜੀ ਇਹ ਚਰੀ ਡਾਂਸ ਹੈ ਰਾਜਸਥਾਨੀ ਡਾਂਸ ਹੈ ਚਰੀ ਡਾਂਸ ਇਹਦੀ ਖਾਸੀਅਤ ਮਤਲਬ ਇਹ ਸਿਰ ਤੇ ਇਹਨੂੰ ਚਰੀ ਕਹਿੰਦੇ ਚਰੀ ਰੱਖ ਕੇ ਅੱਗ ਚਲਾ ਕੇ ਬਿਨਾਂ ਹੱਥ ਲਾਏ ਡਾਂਸ ਕਰਨਾ ਸਤਿ ਸ਼੍ਰੀ ਅਕਾਲ ਜੀ ਕੀ ਕਰਨ ਲੱਗੇ ਆਪਾਂ ਅਸੀਂ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕਰਨ ਲੱਗੇ ਗਿੱਧਾ ਗਿੱਧਾ ਕਰੇ ਮਿਲਣੇ ਗਿੱਧਾ ਪਊ ਬਥੇਰਾ ਹੈ ਨਾ ਮਤਲਬ ਕਿ ਆਪਣਾ ਕੁਛ ਡਿਫਰੈਂਟ ਅੰਦਾਜ਼ ਵੀ ਹੈ ਜਾਂ ਆਪਾਂ ਉਹੀ ਗਿੱਧਾ ਜਿਵੇਂ ਗਿੱਧਾ ਪੈਂਦਾ ਹੁੰਦਾ ਉਹਦੇ ਪਾਉਣਾ ਨਹੀਂ ਬਹੁਤ ਵੱਖਰਾ ਅੰਦਾਜ਼ ਹੈ ਦੇਵ ਸਮਾਜ ਦਾ ਗਿੱਧਾ ਹੈ ਨਾ ਕੋ
ਤੁਸੀਂ ਅੱਜ ਦੇਵ ਸਮਾਜ ਕਾਲਜ ਫੋਰ ਵੂਮੈਨ ਦੇ ਕੈਂਪਸ ਵਿੱਚ ਆਏ ਹੋ, ਤੁਹਾਡਾ ਮੈਂ ਨਿੱਘਾ ਸਵਾਗਤ ਕਰਦੀ ਹਾਂ। ਮੈਂ ਦੱਸਣਾ ਚਾਹੁੰਦੀ ਹਾਂ ਦੇਵ ਸਮਾਜ ਕਾਲਜ ਫੋਰ ਵੂਮੈਨ ਇਸ ਏਰੀਆ ਦਾ ਸਭ ਤੋਂ ਪੁਰਾਣਾ ਕਾਲਜ ਹੈ। 1901 ਵਿੱਚ ਇੱਥੇ ਵੂਮੈਨ ਐਜੂਕੇਸ਼ਨ ਦੀ ਨੀਂਵ ਰੱਖੀ ਗਈ। ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਫਾਊਂਡਰ ਭਗਵਾਨ ਦੇਵ ਆਤਮਾ ਨੇ ਇਸ ਵਿਜ਼ਨ ਨਾਲ ਵੂਮੈਨ ਐਜੂਕੇਸ਼ਨ ਸਟਾਰਟ ਕੀਤੀ ਸੀ ਕਿ ਵੂਮੈਨ ਜਿਹੜੀ ਸੋਸਾਇਟੀ ਨੂੰ ਬਦਲ ਸਕਦੀ ਹੈ, ਔਰ ਅਗਰ ਵੂਮੈਨ ਨੂੰ ਅਸੀਂ ਐਜੂਕੇਟ ਕਰਨਾ ਸ਼ੁਰੂ ਕਰਦੇ ਤਾਂ ਸਾਰਾ ਦੇਸ਼ ਸੋਸਾਇਟੀ ਇੰਸਟੀਟਿਊਸ਼ਨਸ ਬਦਲ ਸਕਦੀਆਂ। ਸੋ ਇਹ ਸੀਗਾ ਸਾਡਾ ਅੱਜ ਦਾ ਕੈਂਪਸ, ਯਾਨੀ ਕਿ ਦੇਵ ਸਮਾਜ ਕਾਲਜ ਫੋਰ ਵੂਮੈਨ ਫਿਰੋਜ਼ਪੁਰ ਸਿਟੀ ਦਾ ਇਹ ਸਫ਼ਰ। ਅਸੀਂ ਮਿਲਾਂਗੇ ਜੀ ਤੁਹਾਨੂੰ ਅਗਲੇ ਹਫ਼ਤੇ ਇੱਕ ਨਵੀਂ ਡੈਸਟੀਨੇਸ਼ਨ 'ਤੇ, ਇੱਕ ਨਵੇਂ ਕੈਂਪਸ ਉੱਤੇ। ਤਦ ਤੱਕ ਮੈਨੂੰ ਪਰਮਿੰਦਰ ਦੀ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ, ਰੱਬ ਰਾਖਾ, ਐਂਡ ਵਿਸ਼ ਯੂ ਵੈਰੀ ਵੈਰੀ ਹੈਪੀ ਨਿਊ ਈਅਰ। ਸੂਰ ਸਾਰਾ ਉੱਚੀ ਹੱਟੀ ਦਾ ਉੱਚੀ ਹੱਟੀ।